ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂਟਿਊਬ ਚੈਨਲ ਕਾਰਦੀਪ ਸਿੰਘ ਵਿੱਚ, ਅਤੇ ਅੱਜ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਫਾਸਟੈਗ ਬਾਰੇ। ਠੀਕ ਹੈ ਜੀ, ਇਹ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਲੈਣਾ। ਠੀਕ ਹੈ ਜੀ, ਅੱਜ ਤੁਹਾਡੇ ਸਾਹਮਣੇ ਤੁਹਾਨੂੰ ਦੱਸਣ ਜਾਣੀ ਆਪਾਂ ਫਾਸਟੈਗ ਕਿਹਾ ਸੀ ਐਸ ਸੀ ਦੇ ਥਰੂ ਆਪਾਂ ਕਿੱਦਾਂ ਅਪਲਾਈ ਕਰ ਸਕਦੇ ਹਾਂ ਜੀ। ਠੀਕ ਹੈ ਜੀ, ਆਪਾਂ ਸੀ ਐਸ ਸੀ ਵਿੱਚ ਤਿੰਨ ਕੰਪਨੀਆਂ ਦੇ ਥਰੂ ਆਪਾਂ ਫਾਸਟੈਗ ਅਪਲਾਈ ਕਰ ਸਕਦੇ ਹਾਂ। ਪਹਿਲੀ ਆਪਣੀ ਕੰਪਨੀ ਹੈ ਐਸ ਬੀ ਆਈ ਸਟੇਟ ਬੈਂਕ ਆਫ ਇੰਡੀਆ, ਦੂਜੀ ਐਚ ਡੀ ਐਫ ਸੀ। ਠੀਕ ਹੈ ਜੀ, ਐਚ ਡੀ ਐਫ ਸੀ ਬੈਂਕ ਤੋਂ ਆਪਾਂ ਫਾਸਟੈਗ ਅਪਲਾਈ ਕਰ ਸਕਦੇ ਹਾਂ, ਜਾਂ ਆਪਾਂ ਪੇਟੀਐਮ ਤੇ ਐਪ ਦੇ ਥਰੂ ਪੇਟੀਐਮ ਤੋਂ ਆਪਾਂ ਫਾਸਟੈਗ ਮੰਗਾ ਸਕਦੇ ਹਾਂ। ਠੀਕ ਹੈ ਜੀ, ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਵੀਡੀਓ ਕਰਦੇ ਹਾਂ ਸ਼ੁਰੂ। ਸਭ ਤੋਂ ਪਹਿਲਾਂ ਆਪਾਂ ਬਰਾਊਜ਼ਰ ਆਪਾਂ ਓਪਨ ਕਰਨਾ, ਤੇ ਸਭ ਤੋਂ ਪਹਿਲਾਂ ਆਪਾਂ ਡਿਜੀਟਲ ਬੋਰਡ ਸੇਵਾ ਨਾਲ ਲੌਗਇਨ ਹੋ ਜਾਣਾ। ਲੌਗਇਨ ਹੋਣ ਤੋਂ ਬਾਅਦ, ਠੀਕ ਹੈ ਜੀ, ਲੌਗਇਨ ਹੋਣ ਤੋਂ ਬਾਅਦ ਤੁਸੀਂ ਆਪ ਵੇਖ ਸਕਦੇ ਫਾਸਟੈਗ ਪੇਟੀਐਮ ਫਾਸਟੈਗ ਦੀ ਆਪਸ਼ਨ ਔਰ ਸ਼ੋ ਹੁੰਦੀ ਹੈ। ਜੇ ਤੁਹਾਡੇ ਪੇਟੀਐਮ ਫਾਸਟੈਗ ਦੀ ਆਪਸ਼ਨ ਨਹੀਂ ਸ਼ੋ ਹੋ ਰਹੀ, ਤੇ ਅੱਜ ਤੁਸੀਂ ਆ ਰੀਫਰੈਸ਼ ਟਾਈਪ ਆਪਣੇ ਵੀ ਆਪਸ਼ਨ ਆਈ, ਤੇ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੀ ਫਾਸਟੈਗ ਦੀ ਆਪਸ਼ਨ ਸ਼ੋ ਹੋਣ ਲੱਗ ਪਈ। ਸਭ ਤੋਂ ਪਹਿਲਾਂ ਆਪਾਂ ਪੇਟੀਐਮ ਫਾਸਟੈਗ ਤੇ ਕਲਿੱਕ ਕਰਦੇ, ਵਿਊ ਪ੍ਰੋਡਕਟ ਤੇ ਕਲਿੱਕ ਕਰਦੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾਂ ਇੱਥੇ ਮੇਰਾ ਆਲਰੇਡੀ ਲੌਗਇਨ ਹੈ। ਸਭ ਤੋਂ ਪਹਿਲਾਂ ਤੁਸੀਂ ਲੌਗਇਨ ਕਰਨਾ, ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜੋ ਜੋ ਤੁਹਾਡੇ ਤੋਂ ਫੈਸਿਲਿਟੀ ਮੰਗੂਗਾ ਉਹ ਤੁਸੀਂ ਪਰੂਫ ਆਈ ਡੀ ਪਰੂਫ ਮੰਗੂਗਾ ਉਹ ਤੁਸੀਂ ਆਪਣੇ ਅਪਲੋਡ ਕਰ ਦੇਣੇ ਆ। ਸਭ ਤੋਂ ਪਹਿਲਾਂ ਤੁਸੀਂ ਇੱਕ ਆਪਣਾ ਆਧਾਰ ਕਾਰਡ ਅਪਲੋਡ ਕਰਨਾ ਹੈ, ਆਧਾਰ ਕਾਰਡ ਤੇ ਪੈਨ ਕਾਰਡ ਆਪਣਾ ਜ਼ਰੂਰ ਅਪਲੋਡ ਕਰੋ, ਇਹ ਕੈਂਸਲ ਚੈੱਕ ਜ਼ਰੂਰ ਤੁਸੀਂ ਅਪਲੋਡ ਕਰਨਾ। ਠੀਕ ਹੈ ਜੀ, ਅਪਲੋਡ ਕਰਨ ਤੋਂ ਬਾਅਦ ਤੁਹਾਡੇ ਆਪ ਹੀ ਆਪਸ਼ਨ ਆ ਗਈ ਇਸ ਟਾਈਪ ਦੀ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਟੈਗ ਪਰਚੇਸ ਤੇ ਕਲਿੱਕ ਕਰਨਾ, ਟੈਗ ਪਰਚੇਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਪੇਟੀਐਮ ਸਿਲੈਕਟ ਕਰਕੇ ਵਹੀਕਲ ਸਿਲੈਕਟ ਕਰਕੇ ਤੇ 100 ਮਿਨੀਮਮ ਆਪਾਂ 100 ਕੁਆਂਟਿਟੀ ਐਡ ਕਰ ਲੈਂਦੇ ਹਾਂ। ਠੀਕ ਹੈ, ਐਡ ਕਰਨ ਤੋਂ ਬਾਅਦ, ਠੀਕ ਹੈ ਜੀ, ਇੱਥੇ ਤੁਸੀਂ ਸਬਮਿਟ ਕਰਕੇ ਆਪਣੇ ਵਾਲਟ ਵਿੱਚੋਂ ਤੁਹਾਡੇ ਪੈਸੇ ਕੱਟ ਜਾਣਗੇ। ਠੀਕ ਹੈ ਜੀ, ਕੱਟ ਡਿਡਕਟ ਹੋ ਜਾਣਗੇ ਜੀ। ਠੀਕ ਹੈ ਜੀ, ਮੁੜ ਕੇ ਤੁਹਾਡੇ ਕੋਲ ਇੱਥੇ ਆਰਡਰ ਹਿਸਟਰੀ ਆ ਜੂਗੀ। ਠੀਕ ਹੈ ਜੀ, ਆਰਡਰ ਹਿਸਟਰੀ ਤੋਂ ਬਾਅਦ ਤੁਸੀਂ ਇੱਥੇ ਵੇਖ ਸਕਦੇ ਜੀ। ਠੀਕ ਹੈ ਜੀ, ਮੈਂ 1/7/2020 ਨੂੰ ਅਪਲਾਈ ਕੀਤੇ ਸੀ, ਤੇ ਅੱਜ ਮੇਰੇ ਪਾਸ ਅਟੈਕ ਤੋਂ ਡਿਲੀਵਰੀ ਹੋ ਗਏ ਹਨ। ਠੀਕ ਹੈ ਜੀ, ਕੋਰੀਅਰ ਹੋ ਗਏ ਹਨ। ਠੀਕ ਹੈ ਜੀ, ਸਭ ਠੀਕ ਹੈ ਜੀ। ਮੁੜ ਕੇ ਤੁਸੀਂ ਵੇਖ ਸਕਦੇ ਜੇ ਹੈਲਪ ਇੰਡੈਕਸ ਤੇ ਆਪਾਂ ਟੈਗ ਕਿੱਦਾਂ ਅਪਲਾਈ ਕਰਨੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਜੇ ਇੱਥੇ ਤੁਹਾਨੂੰ ਆਊਗਾ ਡਾਊਨਲੋਡ ਪੇਟੀਐਮ ਬਿਟਾ, ਤੁਸੀਂ ਡਾਊਨਲੋਡ ਕਰ ਲੈਣਾ। ਠੀਕ ਹੈ ਜੀ, ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਆਪਾਂ ਕਿੱਦਾਂ ਅਪਲਾਈ ਕਰ ਸਕਦੇ ਹਾਂ। ਠੀਕ ਹੈ ਜੀ, ਇਸ ਤਰ੍ਹਾਂ ਤੁਸੀਂ ਪੇਟੀਐਮ ਦੇ ਥਰੂ ਟੈਗ ਮੰਗਵਾ ਸਕਦੇ ਜੇ। ਠੀਕ ਹੈ ਜੀ, ਹੁਣ ਆਪਾਂ ਐਸ ਬੀ ਆਈ ਤੇ ਵੇਖ ਲੈਂਦੇ ਹਾਂ ਜੀ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਤੁਸੀਂ ਵੇਖ ਸਕਦੇ ਐਸ ਬੀ ਆਈ ਤੋਂ ਫਾਸਟੈਗ ਆ ਗਏ ਹਨ। ਠੀਕ ਹੈ ਜੀ, ਇੱਥੇ ਵੀ ਤੁਸੀਂ ਪਹਿਲਾਂ ਰਜਿਸਟ੍ਰੇਸ਼ਨ ਆਪਣੀ ਕੰਪਲੀਟ ਕਰ ਲੈਣੀ ਹੈ। ਰਜਿਸਟ੍ਰੇਸ਼ਨ ਕੰਪਲੀਟ ਕਰਨ ਤੋਂ ਬਾਅਦ ਪਰਚੇਸਿਸ ਤੇ ਕਲਿੱਕ ਕਰਨਾ। ਠੀਕ ਹੈ, ਪਰਚੇਸ ਤੇ ਕਲਿੱਕ ਕਰਨ ਤੇ ਇੱਥੇ ਤੁਹਾਡੇ ਲਾਈਟ ਕਮਰਸ਼ਲ ਵਹੀਕਲ ਆ ਸਕਦੇ ਆ, ਫੋਰ ਵੀਲਰ ਦੀ ਕੋਈ ਆਪਸ਼ਨ ਨਹੀਂ ਆ ਰਹੀ, ਇਸ ਕਰਕੇ ਤੁਸੀਂ ਇਹ ਤੁਸੀਂ ਹਲੇ ਨਾ ਕਰੋ। ਠੀਕ ਹੈ ਜੀ, ਹੁਣ ਆਪਾਂ ਐਚ ਡੀ ਐਫ ਸੀ ਤੇ ਅਪਲਾਈ ਕਰਦੇ ਹਾਂ। ਠੀਕ ਹੈ ਜੀ, ਐਚ ਡੀ ਐਫ ਸੀ ਤੇ ਤੁਸੀਂ ਐਚ ਡੀ ਐਫ ਸੀ ਫਾਸਟੈਗ ਆਪਾਂ ਕਲਿੱਕ ਕਰਦੇ ਹਾਂ। ਠੀਕ ਹੈ ਜੀ, ਇੱਥੇ ਰਜਿਸਟ੍ਰੇਸ਼ਨ ਆਪਾਂ ਕੰਪਲੀਟ ਕਰ ਲੈਣੀ, ਪਰਚੇਸ ਤੇ ਕਲਿੱਕ ਕਰਨਾ। ਠੀਕ ਹੈ ਜੀ, ਸਿਲੈਕਟ ਕਾਰ ਐਨ ਜੀ ਤੇ ਆਪਾਂ ਸਿਲੈਕਟ ਕਰ ਲੈਂਦੇ ਹਾਂ। 100 ਮਿਨੀਮਮ ਇੱਥੇ ਆਪਾਂ 100 ਕੁਆਂਟਿਟੀ ਮੰਗਾਉਣੀ ਪਵੇਗੀ। ਇਹਦੇ ਵਿੱਚ ਆਪਾਂ ਪਰ ਟੈਗ 100 ਰੁਪਏ ਦਾ ਪਵੇਗਾ, ਜੋ ਪੇਟੀਐਮ ਬੈਂਕ ਜੋ ਆਪਾਂ ਪੇਟੀਐਮ ਦੇ ਥਰੂ ਜੇ ਆਪਾਂ ਅਪਲਾਈ ਕਰਦੇ ਹਾਂ ਉੱਥੇ ਆਪਾਂ ਨੂੰ ਪਰ ਟੈਗ 50 ਰੁਪੀਸ ਪਵੇਗਾ। ਠੀਕ ਹੈ, ਐਡ ਕਰਕੇ ਸਬਮਿਟ ਕਰਕੇ ਤੁਸੀਂ ਆਪਣਾ ਪੇਟੀਐਮ ਆਪਣੇ ਵਾਲਟ 'ਚੋਂ ਪੈਸੇ ਡਿਡਕਟ ਕਰਾ ਦੇਣੇ ਆ। ਠੀਕ ਹੈ ਜੀ, ਠੀਕ ਹੈ, ਕਰਨ ਤੋਂ ਬਾਅਦ ਤੁਹਾਡੇ ਟੈਗ 3-4 ਦਿਨਾਂ ਤੱਕ ਤੁਹਾਡੇ ਤੋਂ ਆ ਜਾਣਗੇ। ਠੀਕ ਹੈ ਜੀ, ਮੁੜ ਕੇ ਤੁਸੀਂ ਇੱਥੇ ਚਾਰਜ ਐਂਡ ਇਸ਼ੂ ਤੇ ਕਲਿੱਕ ਕਰਨਾ ਜੀ। ਐਚ ਡੀ ਐਫ ਸੀ ਦਾ ਦੱਸ ਰਹੇ ਹਾਂ ਲੌਗਇਨ ਵਿਦ ਸੀ ਐਸ ਸੀ। ਠੀਕ ਹੈ ਜੀ, ਇੱਥੇ ਤੁਸੀਂ ਆਪਣੇ ਭਰ ਕੇ ਤੇ ਤੁਹਾਨੂੰ ਅਰੇ ਆਪਸ਼ਨ ਆ ਜੂਗੀ, ਤੁਸੀਂ ਉੱਥੋਂ ਕਿਸੇ ਨੂੰ ਟੈਗ ਅਪਲਾਈ ਕਰਕੇ ਦੇ ਸਕਦੇ ਜੀ। ਠੀਕ ਹੈ ਜੀ, ਅਸੀਂ ਅੱਜ ਤੁਹਾਨੂੰ ਅਗਲੀ ਵੀਡੀਓ 'ਚ ਪੇਟੀਐਮ ਬਾਰੇ ਦੱਸਾਂ, ਪੇਟੀਐਮ ਦਾ ਟੈਗ ਕਿੱਦਾਂ ਇਸ਼ੂ ਕਰਨਾ ਹੈ। ਠੀਕ ਹੈ ਜੀ, ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ ਵੀਡੀਓ।